रात है कोई कोई करी न रात है कोई कोई करी न रात है सुरत महला नावा
प्रीतम जानले हो मन माही चलो बाहर अपने सुख सो ही जग फांदे हो को काऊ को नाई प्रीतम जानले हो मन माही अपने सुख सो ही जग फांदे हो को काऊ को नाई राव सुख में हाल बहुत मिल बैठत रहत चाहूं दिस के रैन विपत पाई सब ही संग साधित कोला आवत नेरै कर की नार बहुत हित जास्यो सदा रहत संग लागी जब ही हंस तजी हे काया प्रेत प्रेत कर भागी ए बिद को व्यवहार बनयो है जास्यो न्यो लगायो अंत बार नानक बिन अर्जी को काम ना आयो ए बिद को व्यवहार बनयो है जास्यो न्यो लगायो अंत बार नानक बिन अर्जी को काम ना आयो वाहि अज अपा एक महान शख्सियत मास्टर मुख्तार सिंह जी दी अंतम अरदास विच उन्हां नूं शरदा दे फुल भेंट करन वास्ते इकत्तर होए आ मेरे बहुत ही सत्कारयोग तां जी सरदार मुख्तार सिंह ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਮਾਸਟਰ ਮੁਖਤਿਆਰ ਸਿੰਘ ਜੀ ਇੱਕ ਰੱਬੀ ਰੂਹ ਵਾਂਗ ਸਾਂ ਮੇਰਾ ਉਹਨਾਂ ਨਾਲ ਬਹੁਤ ਪੁਰਾਣਾ ਰਿਸ਼ਤਾ ਸੀ ਬਹੁਤ ਹੀ ਸਤਿਕਾਰਯੋਗ ਮਾਸਟਰ ਮੁਖਤਿਆਰ ਸਿੰਘ ਜੀ ਦੀ ਅੰਤਿਮ ਅਰਦਾਸ ਤੇ ਪਹੁੰਚੀ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਸਾਂਝ ਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਲਖਾਏ ਮੰਡਲ ਮੇ ਆਏ ਤੇ ਮਾਂ ਵਾਕਣ ਸਾਹਿਬ ਜੋ ਵੀ ਇਨਸਾਨ ਇਸ ਧਰਤੀ ਤੇ ਪੈਦਾ ਹੋਇਆ ਉਹ ਆਪਣੇ ਜਨਮ ਲੈਣ ਤੋਂ ਪਹਿਲਾਂ ਮਰਨ ਦਾ ਸਮਾਂ ਟਾਈਮ ਜੋ ਹੈ ਉਹ ਲਿਖਵਾ ਕੇ ਦਿੰਦਾ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਪਿਤਾ ਸਮਾਨ ਬੇਦਾਗ ਸਚਿਤ ਕੋ ਜੋ ਜਾਣੇ ਜਾਂਦੇ ਮਾਸਟਰ ਮੁਖਤਿਆਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਈ ਹੋਈ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਮੁਖਤਿਆਰ ਸਿੰਘ ਇਹ ਸੰਸਾਰ ਤੋਂ ਚਲੇ ਜਾਣ ਦੇ ਨਾਲ ਇਸ ਨਗਰ ਵਿੱਚ ਇਸ ਇਲਾਕੇ ਵਿੱਚ ਭਾਈਚਾਰੇ ਵਿੱਚ ਅਧਿਆਪਕ ਭਾਈਚਾਰੇ ਵਿੱਚ ਬਹੁਤ ਹੀ ਅਫਸੋਸ ਮਨਾਇਆ ਗਿਆ ਹੈ ਸ੍ਰੀ ਮੁਖਤਿਆਰ ਸਿੰਘ ਜੀ ਸੱਚੀ ਸੁੱਚੀ ਸ਼ਖਸੀਅਤ ਸਨ ਇੱਕ ਨੇਕ ਇਨਸਾਨ ਸਨ ਇੱਕ ਵਧੀਆ ਅਧਿਆਪਕ ਸਨ ਇੱਕ ਸਫਲ ਬਾਪ ਸਨ ਇੱਕ ਅਧਿਆਪਕ ਦੇ ਤੌਰ ਤੇ ਉਹਨਾਂ ਨੇ ਇਸ ਇਲਾਕੇ ਵਿੱਚ ਗਿਆਨ ਦੀ ਰੋਸ਼ਨੀ ਵੰਡੀ ਬਹੁਤ ਪ੍ਰਕਿਰਿਆ ਬਖਸ਼ੇ ਮੈਂ ਨੈਸ਼ਨਲ ਦੁਕਾਨ ਸਾਹਿਬ ਪਾਰਟੀ ਵੱਲੋਂ ਸਰਦਾਰ ਮੁਖਤਿਆਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਔਰ ਲੱਖਾਂ ਵਾਸੀਆਂ ਦਾ ਵੀ ਇਸ ਪਰਿਵਾਰ ਨੂੰ ਮੈਂ ਸਾਰੇ ਨੂੰ ਦੁੱਖ ਸਾਂਝਾ ਕਰਦਾ ਹਾਂ ਲਾ ਕਹੀ ਆ ਕਿ ਤੇਰਾ ਭਾਣਾ ਮਿੱਠਾ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ
जब लग तेल पीवे मुख दाती तब सूझे सब कोई। जब लग तेल पीवे मुख दाती तब सूझे सब कोई। Thank you.
Oh, yeah.
ਸਦਾ ਸਦਾ ਇਵੇਂ ਗਈ
ਰਿਹਾਏ ਨਾਨਕ ਕਿਸ ਨੂੰ ਆਖੀਐ ਬਿਨ ਪੁੱਛਿਆ ਹੀ ਲੈ ਜਾਏ। ਸਤਿਗੁਰ ਜੀਆਂ ਦੇ ਇਹਨਾਂ ਮਹਾਂਵਾਕ ਅਨੁਸਾਰ ਗੁਰਮੁਖ ਪਿਆਰੇ ਸਵਰਗਵਾਸੀ ਸਰਦਾਰ ਮਾਲਾ ਸਿੰਘ ਜੀ ਇਹਨਾਂ ਦੀ ਫੁਲਵਾੜੀ ਵਿੱਚੋਂ ਸਤਿਕਾਰਯੋਗ ਮਾਸਟਰ ਮੁਖਤਿਆਰ ਸਿੰਘ ਜੀ ਜੋ ਤਕਰੀਬਨ 78 ਸਾਲ ਦੀ ਉਮਰ ਬਤੀਤ ਕਰਕੇ ਸਮੂਹ ਪਰਿਵਾਰ ਰਿਸ਼ਤੇਦਾਰ ਸੰਬੰਧੀ ਇਲਾਕਾ ਨਿਵਾਸੀ ਸੰਗਤਾਂ ਸਭਨਾਂ ਦੇ ਨਾਲ ਆਪਣੇ ਜੀਵਨ ਕਾਲ ਦੇ ਵਿੱਚ ਵਿਚਾਰਾਂ ਦੀਆਂ ਪਿਆਰ ਦੀਆਂ ਡੂੰਘੀਆਂ ਸਾਂਝਾਂ ਪਾ ਕੇ ਕੁਝ ਦਿਨ ਪਹਿਲਾਂ ਇਸ ਨਾਸ਼ਵੰਤ ਸੰਸਾਰ ਵਿੱਚੋਂ ਕੂਚ ਕਰ ਗਏ ਸਨ। ਗੁਰਮੁਖ ਪਰਿਵਾਰ ਨੇ ਸਿੱਖ ਪੰਥ ਦੀਆਂ ਮਹਾਨ ਪਰੰਪਰਾਵਾਂ ਮ੍ਰਿਤਕ ਪਿੱਛੋਂ ਇਹ ਰੀਤ ਕਰਾਵੋ, ਗੁਰੂ ਗ੍ਰੰਥ ਕਾ ਪਾਠ ਰਖਾਵੋ, ਪਾਵੋ ਭੋਗ ਰਾਗ ਮਾਲਾ ਪੜ, ਫਿਰ ਮੈਂ ਪਾਪ ਜਾਹੇ ਸਭ ਚਰ। ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਆਪਣੇ ਗ੍ਰਹਿ ਲਿਖੇ ਪ੍ਰਾਰੰਭ ਕਰਵਾਏ ਸਨ। ਕਲਿਆਣਕਾਰੀ ਬਾਣੀ ਜੋ ਸਾਡੇ ਕਲਯੁਗੀ ਜੀਵਨ ਦਾ ਉਧਾਰ ਕਰਦੀ ਹੈ, ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਭੋਗ ਦੇ 57 ਸਲੋਕ ਆਪ ਜੀ ਨੇ ਸਰਵਣ ਕੀਤੇ, ਉਪਰੰਤ ਵਿਛੜੀ ਹੋਈ ਆਤਮਾ ਦੇ ਨਿਮਿਤ ਰੂਹੀ ਕਲਿਆਣਤਾ ਦੇ ਲਈ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਉਸ ਕਰਤੇ ਪੁਰਖ ਵਾਹਿਗੁਰੂ ਜੀ ਦੀਆਂ ਵਡਿਆਈਆਂ ਕੀਰਤੀ ਆਪ ਜੀ ਨੇ ਕੀਰਤਨ ਸਰਵਣ ਕੀਤਾ, ਮੌਤ ਦੇ ਪਰਥਾਏ ਇਸ ਸੰਸਾਰ ਦੀ ਨਾਸ਼ਵੰਤਾ ਦੇ ਪਰਥਾਏ ਆਪ ਜੀ ਨੇ ਸਤਿਗੁਰ ਜੀਆਂ ਦੇ ਪਾਵਨ ਪਵਿੱਤਰ ਬਚਨ ਕੀਰਤਨ ਦੇ ਰਾਹੀਂ ਸਰਵਣ ਕੀਤੇ ਨੇ। ਸਤਿਗੁਰੂ ਜੀ ਆਪਣੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਸਾਨੂੰ ਸਮੁੱਚੀ ਮਾਨਵਤਾ ਨੂੰ ਇਹ ਸਮਝਾਉਣ ਦਾ ਯਤਨ ਕਰਦੇ ਨੇ ਭਾਈ, ਉਹ ਕਿਸ ਗੱਲ ਦੀ ਚਿੰਤਾ ਕਰਦਾ ਹੈ, ਇਹ ਜੋ ਪਹਾੜਾਂ ਤੇ ਜੇ ਸਾਡੇ ਇਕੱਲਿਆਂ ਦੇ ਨਾਲ ਐਸੀ ਘਟਨਾ ਵਾਪਰੀ ਹੋਵੇ ਚਿੰਤਾ ਤਾਂ ਕੀ ਕੀਜੀਏ, ਤਾਂ ਅਸੀਂ ਚਿੰਤਾ ਕਰੀਏ। ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨੇ ਕੋਈ ਯਾਦ ਰੱਖ, ਜਿਸ ਤਰ੍ਹਾਂ ਦਿਨ ਤੇ ਸਰਪਲ ਪੌਸੀ ਰਾਤ ਦਿਨ ਚੜਿਆ ਤੇ ਸਾਨੂੰ ਪਤਾ ਦਿਨ ਤੋਂ ਛਿਪਣ ਤੋਂ ਉਪਰੰਤ ਰਾਤ ਪੈਣੀ ਹੀ ਪੈਣੀ ਹੈ, ਇਸ ਨੂੰ ਕੋਈ ਟਾਲ ਨਹੀਂ ਸਕਦਾ। ਦਿਨ ਤੇ ਸਰਪਲ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ, ਰਾਤ ਬੀਤੀ ਫਿਰ ਦਿਨ ਚੜ ਗਿਆ, ਐਸਾ ਹੋਣਾ ਹੈ। ਦੁੱਖ ਤੋਂ ਬਾਅਦ ਸੁੱਖ, ਦਿਨ ਤੋਂ ਬਾਅਦ ਰਾਤ ਆਉਣੀ ਹੀ ਆਉਣੀ ਹੈ, ਜਨਮ ਤੋਂ ਬਾਅਦ ਮਰਨਾ ਅਵਸ਼ ਹੋਏਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਜੀਬ ਸੱਚੀ ਗੱਲ ਆਪਣੇ ਅੰਦਰ ਪੱਕੀ ਕਰ ਲੈ, ਧਾਰ ਲੈ ਕਿ ਸਗਲ ਜਗਤੇ ਦੀ ਨਿਆਈ ਹੈ, ਇਸ ਨੂੰ ਖਤਮ ਹੁੰਦਿਆਂ ਇਸ ਨੂੰ ਵਿਲਸਦਿਆਂ ਜਰਾ ਜਿੰਨਾ ਸਮਾਂ ਨਹੀਂ ਲੱਗਦਾ, ਪਰ ਝਪਕ ਜਿੰਨਾ ਸਮਾਂ ਲੱਗਦਾ
ਪਾਣੀ ਦਾ ਬੁਲਬਲਾ ਬਾਜ਼ੀਗਰ ਦੀ ਖੇਡ ਤੇ ਇਹ ਸੰਸਾਰ ਦੀ ਰਚਨਾ ਸ਼ਹਿਰਾਂ ਦੇ ਵਿੱਚ ਚੌਂਕਾਂ ਦੇ ਵਿੱਚ ਦੇਖਦੇ ਹਾਂ ਬਾਜ਼ੀਗਰ ਡਬਰੂ ਵਜਾਉਂਦਾ ਹੈ ਲੋਕ ਇਕੱਠੇ ਹੁੰਦੇ ਨੇ ਸਾਡੀਆਂ ਅੱਖਾਂ ਨੂੰ ਭੁਲੇਖਾ ਪਾ ਕੇ ਪਤਾ ਨਹੀਂ ਕਿਤਨੇ ਕੀਮਤੀ ਸਾਜੋ ਸਮਾਨ ਉਹ ਮਦਾਰੀ ਸਾਡੀਆਂ ਅੱਖਾਂ ਸਾਹਮਣੇ ਪੈਦਾ ਕਰਦਾ ਕੱਢ ਕੇ ਵਿਖਾਉਂਦਾ ਰੁਪਏ ਪੈਸੇ ਬਣਾਉਂਦਾ ਸੋਹਣੇ ਵਸਤਰ ਬਣਾਉਂਦਾ ਹੋਰ ਅਨੇਕਾਂ ਤਰ੍ਹਾਂ ਦੀਆਂ ਵਸਤੂਆਂ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਹਾਂ ਪਰ ਗੁਰਮੁਖ ਪਿਆਰੋ ਸਚਾਈ ਸਾਡੇ ਸਾਹਮਣੇ ਉਦੋਂ ਨੂੰ ਇਕੱਠ ਨੂੰ ਸੰਬੋਧਨ ਕਰਕੇ ਕਹਿੰਦਾ ਗਏ ਮੇਰੀ ਰੋਟੀ ਦਾ ਵਾਸਤਾ ਹੱਥ ਜੋੜ ਕੇ ਕਹਿੰਦਾ ਹੈ ਮੇਰੀ ਰੋਟੀ ਦਾ ਵਾਸਤਾ ਹੈ ਤੁਹਾਨੂੰ ਸਭਨਾਂ ਨੂੰ ਜੋ ਮੈਂ ਤਮਾਸ਼ਾ ਜੋ ਮੈਂ ਖੇਡ ਆਪ ਜੀ ਦੇ ਸਾਹਮਣੇ ਖੇਡੀ ਹੈ ਨਾ ਕਿਸੇ ਦੀ ਕਦਰ ਕਰਦੇ ਹੋਇਆ ਪੰਜ ਦਸ ਵੀਹ ਰੁਪਏ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਹਿਜ ਸੇਤੀ ਮਨ ਵਧੀਆ ਵਧਾਇਆ ਰਾਗ ਰਤਨ ਪਰਵਾ ਸਭ ਨਾਗ ਦਾ ਸਮਰੱਥ ਸੁਆਮੀ ਸੋਚ ਮਨ ਹੋ ਸਾਰੇ ਕਹੇ ਨਾਨਕ ਮਨ ਮੇਰੇ ਸਵਰ ਹੋ ਹਰ ਨਾਲੇ ਸਾਚੇ ਸਾਗੇ ਮਾਂ ਕਿਆ ਨਹੀਂ ਕਰਤੇ ਹੈ ਤੇਰੇ ਸਭ ਕੁਛ ਹੈ ਇਸ ਦੇ ਸੋ ਪਾਵੇ ਸਲਾਹ ਰਾਤੇ ਨਾਮ ਮਾਤੁਰ ਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹਿਣੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਸਾਚਾ ਨਾਮ ਮੇਰਾ ਆਧਾਰੂ ਸੁਣੋ ਸੰਤੋ ਸਬਦ ਕਰੋ ਪਿਆਰ ਸਾਚਾ ਨਾਮ ਤੇਰਾ ਆਧਾਰ ਵਾਜੇ ਪੰਜ ਸ਼ਬਦ ਸ਼ਬਦ ਵਾਚੇ ਕਲਾ ਜਿਤ ਕਰਦਾਰੀਆ ਪੰਜ ਦੂਤ ਬੁੱਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਤ ਜਿਤ ਕਉ ਸੇ ਨਾਮ ਹਰ ਕੈ ਲਾਗੇ ਹਰੇ ਨਾਨਕ ਕੈ ਸੁਖੋ ਵਾਸ ਕਰੇ ਅਰਹਤ ਵਾਕੇ ਅਨੰਦ ਸੁਨਾਹ ਵੱਡ ਪਾਕੀ ਹੋ ਸਗਲ ਮਨੋਰਥ ਪੂਰੇ ਮਾਰ ਪਰਮ ਪ੍ਰਭ ਪਾਇਆ ਉਤਰੇ ਸਗਲ ਵਿਸੋਰੇ ਦੁਖ ਰੋਗ ਸਭ ਪਾਪੀ ਹੋਏ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰੂ ਦੇ ਜਾਣੇ ਸੁਣਦੇ ਕੋ ਗੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪ੍ਰਭੂ ਬਿਨਵੰਤ ਨਾਨਕ ਦੁਰ ਕਰਨ ਲਾਗੇ ਬਾਜੇ ਅਨਹਦ ਕੋ ਸਲਾਹ ਪਵਨ ਗੁਰੂ ਪਾਣੀ ਪਿਨਾ ਹੱਥ ਧਰ ਜੁਗਰਾਤੇ ਇਸ ਰਾਤ ਤੁਏ ਕਾਈ ਸਾਇਆ ਖੇਲੇ ਸਗਲ ਜਗਤ ਚੰਗਿਆਈਆਂ ਗੁਰਿਆਈਆਂ ਬਾਜ ਧਰਮ ਅਧੂਰ ਸਾਡੇ ਆਪੋ ਆਪਣੀ ਕੇ ਨੇੜੇ ਕੇ ਦੂਰ ਨਾਨਕ ਦੇ ਮੁਖੀ ਉਚਲੇ ਕਿਤੀ ਛੁੱਟੀ ਨਾ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਕਿਰਪਾ ਮੈਂ ਸੁਖੀ
कोई न जाने सुमरन तुम जैसे क्या भगवान तुम ही जानी नान तुम्हारी गात मित तुम ही जानी नानक दास अरदास को अंकार वाहिगुरु जी की फतेह श्री भगवती जी सहाय प्रताम भगवती सिमर कै गुरु नानक नहीं ते आए फिर अंगद गुर ते अमरदास रामदास है वो सहाय अर्जुन हर गोविंद नौ सिमराओ श्री हर राय श्री हर कृष्ण ते आई है जिस डिठे सब दुख जाए तेग बहादुर सिमरिया घर नौन दिया वै ताए सब थाई होए पंजा प्यारिया चौह साहब जादिया चाली बुक्तियां ठिया जपिया तपिया जिन्ना नाम जपिया वंड के छकिया देख चलाई तेग वागी देख के अंगठ कीता तिन्ना प्यारिया सत्यारे दी कमाई दा ध्यान धर के खालसा साहिब बोलो जी जिन्ना सिंघा सिंघनिया ने धर्म हित सिस दिते बंद बंद कटवाए कोपरिया लोहाइया चरखड़िया ते चढ़े आर्या नाल चराए गुरुद्वारिया दी सेवा लई कुर्बानिया कीतिया सिखी सिख निहारिया सिखी के साथ सुवासा संग ने बाई तिन्हां दी कमाई दा ध्यान धर के खालसा साहिब बोलो जी पंजा तख्ता सरबत गुरुद्वारा दा ध्यान धर के बोलो जी प्रथमे सरबत खालसा जी की अरदास है जी सरबत खालसा जी को वाहिगुरु 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 नाम चितावे चितावन का सदकार सर्व सुख होए जहां जहां खालसा जी साहिब ता ता रचिया रिया देख देख फतेह दर्द की पैज रही पंथ की जीत श्री साहब जी सहाय खालसा जी के बोल वाले बोलो जी आप जी दे सिक्का नु सिक्खी दान केस दान रक्त दान वेग दान विसाह दान भरोसा दान दाना सिर दान नाम दान श्री अमृतसर साहब जी के स्नान चौंकिया झंडे बुंगे जुगो जुग अटल धर्म का जयकार खालसा जी के बोल वाले बोलो जी आप जी दे सिक्खा दा मन नीवा मत उची मत दा रखा हे अकाल पुरख अपने पंथ दे सदा सहाई दा तार जियो श्री ननकाना साहिब अते होर गुरुद्वारे गुरु धामा जिन्हां तो खालसा पंथ नूं विछोड़िया गया तिन्हां दे खुले दर्शन दीदार सेवा संभाल दा दान अपने प्यारे खालसा जी नूं बख्शो जी हे निमाणिया दे मान नेताणिया दे तान न्योटिया दी ओट चवर छत्र सिंघासन दे मालक धन धन साहिब सतगुरु श्री गुरु ग्रंथ साहिब निरंकार पातशाह सतगुरु जीओ आप जी दे चरण कमला पास सानिमर अरदास बेनती है आया हुक्म पार ब्रह्म का छोड़ चलिया एक दिहाड़े सरफे सरफे सदा सदा एवे गई विहाय नानक किसनो आखिया बिन पुछिया ही ले जाए सतगुरु जी आप जी दे इना महावाक अनुसार दर कर दे प्रीतवान गुरमुख प्यारे सरताज सत्कार योग मास्टर मुख्तार सिंह जी आप जी वालों बख्शी हुई स्वासा रूपी पूंजी नु भोगदे आ इस मातलोक दी यात्रा करदे आ आप जी दे सद्दे नु प्रवान करके अकाल चलाना कर गए सन विछड़ी हुई आत्मा दे निमित रूह दी कल्याणता दे लई पिछो उन्हां दे सारे की परिवार ने कतर हो करके आप जी दी पावन पितर गुरबाणी दे श्री साहिब जाप अपने ग्रह विखे प्रारंभ करवाए महान बख्शिश रहमत दा सदका श्री साहिब पाठां दी निर्गुणता सहित संपूर्णता होई उपरंत पावन गुरबाणी दा कीर्तन होया गुरमत विचारां होईआं छे पौड़ियां आनंद साहिब जी की अरदास समुची सेवा निभाउंदिआं आप जी दी आगाह बोधबाणी पढ़दिआं सरबत संगतां वल्लों आप जी दी पावन पवित्र हजूरी विच विचरदिआं होईआं बेअंत भुल्लां दी किम्मां बख्शदी अगे तों समत बख्शनी
ਸੋਧੀ ਸਮੈਤ ਗੁਰਬਾਣੀ ਪੜ੍ਹਨ ਦਾ ਬਲ ਬਖਸ਼ਣਾ, ਪੜੀ ਸੁਣੀ ਬਾਣੀ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਬਖਸ਼ਣਾ, ਵਿਛੜੀ ਹੋਈ ਆਤਮਾ ਨੂੰ ਜੰਮਣ ਮਰਨ ਤੋਂ ਰਹਿਤ ਕਰਕੇ ਸਦੀਵ ਕਾਲ ਵਾਸਤੇ ਆਪਣੇ ਚਰਨ ਕਮਲਾਂ ਪਾਸ ਨਿਚਲ ਵਿਸ਼ਰਾਮ ਬਖਸ਼ਣਾ, ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਅੱਗੇ ਵਾਸਤੇ ਕਿਰਪਾ ਕਰਨੀ ਇਸ ਘਰ ਵਿੱਚੋਂ ਦੁੱਖਾਂ ਦਾ ਨਾਸ ਕਰਕੇ ਸੁੱਖਾਂ ਦਾ ਪ੍ਰਵੇਸ਼ ਕਰਨਾ, ਸਾਰੇ ਹੀ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਯਾਤ ਰੱਖਣਾ, ਸਾਰੇ ਪਰਿਵਾਰ ਵਿਚ ਆਪਸ ਮੇ ਸਲੂਕ ਪ੍ਰੇਮ ਅਤੇ ਇਤਫਾਕ ਬਖਸ਼ਿਸ਼ ਕਰਨਾ, ਬੱਚਿਆਂ ਦੇ ਸਿਰ ਤੇ ਮਿਹਰ ਪ੍ਰਯਾਤ ਰੱਖਣਾ, ਬੱਚਿਆਂ ਨੂੰ ਉੱਚ ਵਿਦਿਆ ਦੀਰਘ ਆਯੂ ਆਪਣੀ ਸਤਿਕਾਰਯੋਗ ਮਾਤਾ ਜੀ ਦੇ ਆਗਿਆਕਾਰ ਬਣਾਉਣਾ, ਦੇਸ਼ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਣਾ, ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਪਹਿਨਾਏ ਗਏ ਆਪ ਅੰਗੀਕਾਰ ਕਰਨੇ ਸੇਵਾ ਪ੍ਰਵਾਨ ਕਰਨੀ, ਬੇਅੰਤ ਮਾਇਆ ਗੁਰਮੁਖ ਪਰਿਵਾਰ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ ਵਿਚ ਅਤੇ ਕੀਰਤਨ ਦੇ ਸਤਕਾਰ ਵਿਚ ਹਾਜ਼ਰ ਹੋਈ ਸਰਬੱਤ ਸੰਗਤਾਂ ਦੀਆਂ ਸੇਵਾਵਾਂ ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਤਿਗੁਰੂ ਜੀ ਸਮਾਗਮਾਂ ਦੀ ਚੜ੍ਹਦੀ ਕਲਾ ਦੇ ਲਈ ਗੁਰਮੁਖ ਪਰਿਵਾਰ ਵੱਲੋਂ ਧਿਆਵਲ ਕਲਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸੰਗਤ ਜੀ ਵਰਤਾਉਣ ਦੀ ਆਗਿਆ ਬਖਸ਼ਣੀ, ਕਰੋ ਕਿਰਪਾ ਆਪਣੇ ਪਵਿੱਤਰ ਦਰ ਘਰ ਦੀ ਆਸੀਸ ਸ੍ਰੀ ਹੁਕਮਨਾਮਾ ਸਾਹਿਬ ਬਖਸ਼ ਕੇ ਸਰਬੱਤ ਸੰਗਤ ਨੂੰ ਨਿਹਾਲ ਕਿਰਤਾਰਥ ਕਰੋ, ਸਾਰੇ ਹੀ ਸੰਸਾਰ ਤੇ ਸੁਖ ਹੋਵੇ, ਆਪ ਜੀ ਦਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਬਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਕੇ ਕੜਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਵਾਰ ਹੋਏ ਸਾ ਮਿਲਾਂਗੇ ਵਾਰ ਹੋਏ ਸਾ ਮਿਲਾਂਗੇ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਸ੍ਰੀ ਵਾਹਿਗੁਰੂ ਜੀ ਸੁਰਖ ਮਹਲਾ ਨਾਵਾ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸੋਈ ਜਗ ਫਾਂਦੇ ਹੋ ਕੋ ਕਾਉ ਕੋ ਨਾਈ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸੋਈ ਜਗ ਪਾਉਂਦੇ ਹੋ ਕੋ ਕਾਉ ਕੋ ਨਾਹੀ ਰਾਉ ਸੁਖ ਮੈਂ ਹਾਲ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾਡਿਤ ਕੋ ਨਾ ਆਵਤ ਨੇਰੈ ਘਰ ਕੀ ਨਾਲ ਬਹੁਤ ਹਿਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਜਬ ਵੀ ਹੰਸ ਤਜੀ ਏਕ ਆਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿੰਦ ਕੋ ਵਿਵਹਾਰ ਬਣਿਓ ਹੈ ਜਾ ਸਿਓ ਨਿਓ ਲਗਾਇਓ ਅੰਤ ਵਾਰ ਨਾਨਕ ਬਿਨ ਹਰਜੀ ਕੋ ਕਾਮ ਨਾ ਆਇਓ ਇਹ ਬਿੰਦ ਕੋ ਵਿਵਹਾਰ ਬਣਿਓ ਹੈ ਜਾ ਸਿਓ ਨਿਓ ਲਗਾਇਓ ਅੰਤ ਵਾਰ ਨਾਨਕ ਬਿਨ ਹਰਜੀ ਕੋ ਕਾਮ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ।
ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਕ ਮਹਾਨ ਸ਼ਖਸੀਅਤ ਮਾਸਟਰ ਮੁਖਤਿਆਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋਏ ਹਾਂ। ਵੱਖ ਵੱਖ ਪਾਰਟੀਆਂ ਵੱਲੋਂ ਆਏ ਹੋਏ ਨੁਮਾਇੰਦੇ, ਵੱਖ ਵੱਖ ਦਫ਼ਤਰਾਂ ਵੱਲੋਂ ਅਫੀਸਰ ਸਾਹਿਬਾਨ, ਸਕੂਲਾਂ ਤੋਂ ਆਏ ਹੋਏ ਅਧਿਆਪਕ, ਇਲਾਕੇ ਦੇ ਪੰਚ ਸਰਪੰਚ ਸਾਹਿਬਾਨ ਅਤੇ ਨਗਰ ਵਾਸੀ ਵੀਰੋ, ਇਸ ਦੁੱਖ ਦੀ ਘੜੀ ਵਿੱਚ ਤੁਸੀਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਸ਼ਰੀਕ ਹੋਏ ਹੋ। ਮਾਸਟਰ ਮੁਖਤਿਆਰ ਸਿੰਘ ਜੀ ਜੋ ਕਿ 3 ਮਾਰਚ ਨੂੰ ਇਸ ਪਰਿਵਾਰ ਨੂੰ ਅਤੇ ਪੂਰੇ ਇਲਾਕੇ ਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦਾ ਜਨਮ 1942 ਜੂਨ 1942 ਨੂੰ ਇਸੇ ਪਿੰਡ ਭੰਗਜੜੀ ਵਿਖੇ ਹੋਇਆ। ਉਹਨਾਂ ਦੇ ਪਿਤਾ ਸਰਦਾਰ ਮਾਲਾ ਸਿੰਘ ਜੀ ਅਤੇ ਮਾਤਾ ਆਸ ਕੌਰ ਜੀ ਬੜੇ ਮਿਹਨਤੀ, ਅਣਥੱਕ ਅਤੇ ਕਿਰਤ ਕਮਾਈ ਵਾਲੇ, ਸਾਫ਼ ਸੁਥਰੇ ਆਚਰਨ ਵਾਲੇ ਉਹਨਾਂ ਦੇ ਮਾਤਾ ਪਿਤਾ ਸਨ, ਜਿਨ੍ਹਾਂ ਨੇ ਆਪਣੀ ਐਸ਼ੋ ਆਰਾਮ ਸ਼ੌਂਕ ਨੂੰ ਭੁਲਾ ਕੇ ਆਪਣੇ ਸਾਰੇ ਹੀ ਪਰਿਵਾਰ ਨੂੰ ਪੜ੍ਹਾਇਆ। ਅਤੇ ਅੱਜ ਆਪਾਂ ਦੇਖ ਰਹੇ ਹਾਂ ਉਹਨਾਂ ਦੀ ਬਦੌਲਤ ਇਹ ਜਿਹੜਾ ਪਰਿਵਾਰ ਹੈ ਕਿੱਥੋਂ ਤੱਕ ਪਹੁੰਚਿਆ ਹੋਇਆ। ਮਾਸਟਰ ਜੀ ਨੂੰ ਵਿੱਦਿਆ ਉਹਨਾਂ ਦੀ ਦੇਣ ਹੈ। ਵਿੱਦਿਆ ਪੂਰੀ ਕਰਨ ਉਪਰੰਤ ਮਾਸਟਰ ਮੁਖਤਿਆਰ ਸਿੰਘ ਜੀ ਨੇ ਆਪਣੀ ਨੌਕਰੀ ਬਤੌਰ ਪੰਜਾਬੀ ਅਧਿਆਪਕ ਸ਼ੁਰੂ ਕੀਤੀ। 1966 ਵਿੱਚ ਸਭ ਤੋਂ ਪਹਿਲਾਂ ਉਹ ਭਰੋਖਾ ਪਿੰਡ ਹਰਿਆਣਾ ਵਿਖੇ ਉਹਨਾਂ ਨੇ ਜੁਆਇਨ ਕੀਤਾ। ਉੱਥੇ 1 ਸਾਲ ਰਹਿ ਕੇ 1967 ਦੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜੀਵਾ ਰਾਈ ਵਿਖੇ ਉਹਨਾਂ ਨੇ ਨੌਕਰੀ ਕੀਤੀ। ਥੋੜ੍ਹਾ ਜਿਹਾ ਚਿਰ ਉਹ ਡੱਬ ਵਾਲੀ ਕਲਾਂ ਵਿਖੇ ਭਾਕਸਰਾ ਭੰਗਜੜੀ ਨੌਕਰੀ ਕਰਦੇ ਰਹੇ ਅਤੇ ਸਭ ਤੋਂ ਵੱਧ ਜਿਹੜਾ ਉਹਨਾਂ ਨੇ ਸਮਾਂ ਲਾਇਆ ਉਹ ਲਾਇਆ ਮਹਾਂਪੱਧਰ ਵਿਖੇ। 25 ਸਾਲ ਉਹਨਾਂ ਨੇ ਮਹਾਂਪੱਧਰ ਵਿਖੇ ਪੰਜਾਬੀ ਅਧਿਆਪਕ ਦੇ ਤੌਰ ਤੇ ਨੌਕਰੀ ਕੀਤੀ। ਕਿਉਂਕਿ ਮੇਰਾ ਪਿੰਡ ਮਹਾਂਪੱਧਰ ਹੈ, ਸਾਡੇ ਤਾਂ ਸਾਰੇ ਲੋਕ ਉਹਨਾਂ ਤੋਂ ਪੜ੍ਹੇ ਆ ਤੇ ਅੱਜ ਵੀ ਉਹਨਾਂ ਨੂੰ ਉਸੇ ਤਰ੍ਹਾਂ ਯਾਦ ਕਰਦੇ ਆ। ਅਨੇਕਾਂ ਹੀ ਲੋਕ ਉਹਨਾਂ ਦੇ ਪੜ੍ਹੇ ਹੋਏ ਅੱਜ ਵੱਖ ਵੱਖ ਅਹੁਦਿਆਂ ਤੇ ਬਿਰਾਜਮਾਨ ਨੇ। ਉਹ ਜੂਨ 2000 ਦੇ ਵਿੱਚ ਰਿਟਾਇਰ ਹੋਏ ਅਤੇ ਉਸ ਤੋਂ ਮਗਰੋਂ ਉਹਨਾਂ ਨੇ ਹੋਰ ਮਿਹਨਤ, ਉਸ ਤੋਂ ਵੀ ਵੱਧ ਮਿਹਨਤ ਕੀਤੀ ਤਾਂ ਕਿ ਸਮਾਜ ਦੇ ਕੰਮਾਂ ਦੇ ਵਿੱਚ ਹਿੱਸਾ ਲਿਆ ਜਾ ਸਕੇ। ਉਹ ਇੱਕ ਸਮਾਜ ਸੇਵਕ ਸਨ, ਇਮਾਨਦਾਰ ਅਤੇ ਸੁਲਝੇ ਹੋਏ ਇਨਸਾਨ ਸਨ। ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹ 5 ਭੈਣ ਭਰਾ ਸਨ, 2 ਭੈਣਾਂ ਮਲਕੀਤ ਕੌਰ ਅਤੇ ਗੁਰਦੇਵ ਕੌਰ, ਭੈਣ ਮਲਕੀਤ ਕੌਰ ਜੋ ਸੰਧਵੀ ਵਿਆਹੀ ਹੋਈ ਆ, ਉਹਨਾਂ ਦੇ ਪਤੀ ਜੀ ਕਾਕਾ ਸਿੰਘ ਜੀ ਉਹ ਉੱਥੋਂ ਦੇ ਸਰਪੰਚ ਨੇ, ਅਤੇ ਭੈਣ ਗੁਰਦੇਵ ਕੌਰ ਹਾਥੀਆਂ ਵਾਲੇ ਉਹ ਉਹਨਾਂ ਦੇ ਪਤੀ ਜਰਨੈਲ ਸਿੰਘ ਵੈਰ ਨੇ, ਅਤੇ ਸੋਹਣ ਸਿੰਘ ਜੀ ਲੈਕਚਰਰ ਪੰਜਾਬੀ ਉਹ ਖੁਰਨ ਕਲਾਂ ਵਿਖੇ ਉਹਨਾਂ ਨੇ ਨੌਕਰੀ ਕੀਤੀ ਲੈਕਚਰਰ ਪੰਜਾਬੀ ਵਜੋਂ। ਭੰਗਜੜੀ ਵੀ ਰਹੇ, ਹੁਣ ਉਹ ਵੀ ਘਰੇ ਸਮਾਜ ਸੇਵਾ ਦੇ ਕੰਮਾਂ ਵਿੱਚ ਹਿੱਸਾ ਲੈ ਰਹੇ ਨੇ। ਮਾਸਟਰ ਮੁਖਤਿਆਰ ਸਿੰਘ ਜੀ ਦੇ ਦੋਵੇਂ ਬੇਟੇ ਜਸਵਿੰਦਰ ਸਿੰਘ ਜੀ ਐਕਸੀਅਨ ਸਾਹਿਬ ਜੋ ਹੈਲਥ ਵਿਭਾਗ ਵਿੱਚ ਨੇ, ਅਤੇ ਉਹਨਾਂ ਦੀ ਨੂੰਹ ਪ੍ਰਨੀਤ ਕੌਰ ਜੋ ਪੋਸਟ ਗ੍ਰੈਜੂਏਟ ਹੈ, ਉਹ ਇੱਕ ਵਧੀਆ ਪਰਿਵਾਰ ਦੇ ਵਿੱਚੋਂ ਲੜਕੀ, ਅਤੇ ਦੂਸਰੇ ਬੇਟੇ ਯਾਦਵਿੰਦਰ ਸਿੰਘ ਜੀ ਐਡਵੋਕੇਟ ਸਾਹਿਬ ਅਤੇ ਉਹਨਾਂ ਦੀ ਪਤਨੀ ਅਮਨਪ੍ਰੀਤ ਕੌਰ ਜੋ ਇੱਕ ਸਰਕਾਰੀ ਟੀਚਰ ਨੇ, ਉਹਨਾਂ ਦੇ ਭਤੀਜੇ ਬਲਵਿੰਦਰ ਸਿੰਘ ਜੋ ਆਰਮੀ 'ਚ ਅੱਜ ਕੱਲ੍ਹ ਤਲਵਿੰਦਰ ਸਿੰਘ ਸਰਕਾਰੀ ਨੌਕਰੀ 'ਤੇ ਆ, ਹਰਵਿੰਦਰ ਸਿੰਘ ਜੀ ਪੜ੍ਹ ਰਹੇ ਆ, ਅਤੇ ਲੜਕੀ ਹਰਵਿੰਦਰ ਕੌਰ ਜੋ MA BEd ਹੈ। ਕਹਿਣ ਤੋਂ ਮੇਰਾ ਮਤਲਬ ਸਾਰਾ ਇਹ ਆ ਕਿ ਉਹਨਾਂ ਨੇ ਸਮਾਜ ਸੇਵਾ ਦੇ ਨਾਲ ਨਾਲ ਪਰਿਵਾਰ ਦੀ ਵੀ ਇੰਨੀ ਸੇਵਾ ਕੀਤੀ, ਸਿਰਫ ਆਪਣੇ ਬੱਚਿਆਂ ਤੱਕ ਸੀਮਤ ਨਹੀਂ, ਆਂਢ ਗੁਆਂਢ ਸਾਰਾ ਪਿੰਡ ਸਾਰੇ ਇਲਾਕੇ ਦੇ ਬੱਚਿਆਂ ਨੂੰ ਇੱਕ ਵਧੀਆ ਸੇਧ ਦਿੱਤੀ। ਔਰ ਉਹਨਾਂ ਨੇ ਇਹੀ ਕਿਹਾ ਵੀ ਭਾਈ ਪੜ੍ਹਾਈ ਆ ਜਿਹੜੀ ਇਹ ਸਭ ਤੋਂ ਉੱਤਮ ਹੈ, ਪੜ੍ਹਿਆ ਲਿਖਿਆ ਕਰੋ,
ਇਸ ਕਰਕੇ ਉਹਨਾਂ ਦਾ ਸਾਰਾ ਪਰਿਵਾਰ ਦੇ ਵਿੱਚੋਂ ਕੋਈ ਵੀ ਅੱਜ ਕੱਲ੍ਹ ਅਨਪੜ੍ਹ ਨਹੀਂ, ਜੋ ਕਿ ਫਰੀਦਕੋਟ ਵਿਖੇ ਵਿਆਹੀ ਅੱਜ ਕੱਲ੍ਹ ਰਹਿੰਦੇ ਉੱਥੇ ਆ ਪਿੰਡ ਵੀਰੇ ਵਾਲਾ ਵਿਖੇ, ਉਹਨਾਂ ਦੇ ਰਿਮਾਂਡ ਕੁਲਦੀਪ ਸਿੰਘ ਜੀ ਜੋ ਐਡਵੋਕੇਟ ਨੇ, ਅਤੇ ਦੂਜੀ ਲੜਕੀ ਰਾਜਪਾਲ ਕੌਰ ਜੋ ਸਰਕਾਰੀ ਟੀਚਰ ਹੈ, ਅਤੇ ਉਹਨਾਂ ਦੇ ਰਿਮਾਂਡ ਚਰਨਜੀਤ ਸਿੰਘ ਉਹ ਵੀ ਇੱਕ ਸਰਕਾਰੀ ਟੀਚਰ ਨੇ। ਇੰਨਾ ਜਿਹੜਾ ਉਹਨਾਂ ਨੂੰ ਮਾਣ ਸਤਿਕਾਰ ਮਿਲਿਆ ਅੱਜ ਦਾ ਘੱਟ ਦੱਸਦਾ ਇਲਾਕੇ ਦੇ ਵਿੱਚ ਉਹਨਾਂ ਦੀ ਕੀ ਸ਼ਖਸੀਅਤ ਸੀਗੀ। ਵਾਹਿਗੁਰੂ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ, ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਸਾਡੇ ਕੋਲ ਬੁਲਾਰੇ ਕਾਫੀ ਨੇ, ਕਿਉਂਕਿ ਮਾਸਟਰ ਜੀ ਦਾ ਪਿਆਰ ਹੀ ਲੋਕਾਂ ਨਾਲ ਇੰਨਾ ਸੀਗਾ, ਪਰ ਅਸੀਂ ਥੋੜ੍ਹਾ ਥੋੜ੍ਹਾ ਸਮਾਂ ਦੇਵਾਂਗੇ ਸਾਰੇ ਬੁਲਾਰਿਆਂ ਨੂੰ, ਨਾਰਾਜ਼ ਵੀ ਨਹੀਂ ਕਿਸੇ ਨੂੰ ਕਰਨਾ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਨ ਵਾਲਾ ਤੋਂ, ਕਿਉਂਕਿ ਮਾਸਟਰ ਜੀ ਮਾਰਕੀਟ ਕਮੇਟੀ ਦੇ ਵਿੱਚ ਉਹਨਾਂ ਦੇ ਨਾਲ ਰਹੇ ਆ, ਉਹਨਾਂ ਨੂੰ ਵੀ ਉਹਨਾਂ ਦੇ ਜੀਵਨ ਬਾਰੇ ਬਹੁਤ ਕੁਛ ਪਤਾ। ਸੋ ਮੈਂ ਬੇਨਤੀ ਕਰਦਾ ਹਨੀ ਬਰਾੜ ਜੀ ਫੱਤਣ ਵਾਲਾ, ਉਹ ਦੋ ਮਿੰਟ ਵਾਸਤੇ ਮਾਸਟਰ ਜੀ ਸ਼ਰਧਾਂਜਲੀ ਭੇਟ ਕਰਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਡਾ ਆਸਰਾ ਲੈ ਕੇ ਬੈਠੀ ਹੋਈ ਸਮੁੱਚੀ ਸਾਧ ਸੰਗਤ ਜੀ ਸਭ ਨੂੰ ਫਤਿਹ ਬੁਲਾਉਣਾ। ਫਤਿਹ ਦਾ ਜਵਾਬ ਖਾਲਸਾ ਜੀ ਫਤਿਹ ਵਿੱਚ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਜੀਵੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਤੇ ਮਹਾਂਵਾਕ ਅਨੁਸਾਰ। ਮੇਰੇ ਬਹੁਤ ਹੀ ਸਤਿਕਾਰਯੋਗ ਤਾਇਆ ਜੀ ਸਰਦਾਰ ਮੁਖਤਿਆਰ ਸਿੰਘ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਮਾਸਟਰ ਮੁਖਤਿਆਰ ਸਿੰਘ ਜੀ ਇੱਕ ਰੱਬੀ ਰੂਹ ਵਾਂਗ ਸਾਂ, ਮੇਰਾ ਉਹਨਾਂ ਨਾਲ ਬਹੁਤ ਪੁਰਾਣਾ ਰਿਸ਼ਤਾ ਸੀ। ਮੈਂ ਜਦੋਂ ਸਕੂਲ ਚ ਪੜ੍ਹਦਾ ਸੀ ਤਾਂ ਉਸ ਵੇਲੇ ਵੀ ਉਹਨਾਂ ਦੀ ਮੇਰੇ ਪਿਤਾ ਜੀ ਨਾਲ ਬੜੀ ਗੂੜੀ ਦੋਸਤੀ ਸੀ। ਵਕਤ ਲੰਘਦਾ ਗਿਆ, ਸਾਨੂੰ ਦੋਨਾਂ ਨੂੰ ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਬਤੌਰ ਚੇਅਰਮੈਨ ਤੇ ਬਤੌਰ ਮੈਂਬਰ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਇਹੋ ਜਿਹੇ ਸ਼ਰੀਫ ਇਨਸਾਨ ਇਸ ਦੁਨੀਆਂ ਦੇ ਬਹੁਤ ਘੱਟ ਆਉਂਦੇ ਆ, ਤੇ ਜਿਹੜੇ ਆਉਂਦੇ ਆ ਪਰਮਾਤਮਾ ਵੀ ਉਹਨਾਂ ਪਾਸੋਂ ਕੋਈ ਕਦੇ ਲੁਕੋ ਕੇ ਨਹੀਂ ਰੱਖਦੇ। ਅੱਜ ਇਸ ਪਰਿਵਾਰ ਤੇ ਬੜੀ ਕਿਰਪਾ ਹੈ। ਸਧਾਰਨ ਮਜ਼ਦੂਰ ਪਰਿਵਾਰ ਦੇ ਵਿੱਚ ਜਨਮ ਲੈ ਕੇ ਉਹਨਾਂ ਨੇ ਇੰਨੀ ਮਿਹਨਤ ਮੁਸ਼ਕਤ ਕੀਤੀ ਕਿ ਅੱਜ ਉਹਨਾਂ ਦੇ ਪਰਿਵਾਰ ਦਾ ਇਸ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਂ ਹੈ, ਬਹੁਤ ਵੱਡਾ ਸਥਾਨ ਆ। ਚਾਰ ਬੱਚੇ, ਦੋ ਬੇਟੇ ਤੇ ਦੋ ਬੇਟੀਆਂ, ਉਹਨਾਂ ਨੇ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਤਾਲੀਮ ਦਿੱਤੀ, ਉਹਨਾਂ ਦੇ ਬਹੁਤ ਅੱਛੇ ਘਰਾਣਿਆਂ ਦੇ ਵਿੱਚ ਵਿਆਹ ਰਿਸ਼ਤੇ ਕੀਤੇ। ਅੱਜ ਚਾਰੋਂ ਬੇਟੇ ਬੇਟੀਆਂ ਬਹੁਤ ਵੈਲ ਸੈਟਲਡ ਆ, ਪੁੱਤ ਪੋਤਰਿਆਂ ਵਾਲੇ ਹੋ ਕੇ ਮਾਸਟਰ ਜੀ ਗਏ ਆ। ਲੇਕਿਨ 76 ਸਾਲ ਦੀ ਉਮਰ ਕੋਈ ਜਾਣ ਦੀ ਉਮਰ ਨਹੀਂ ਹੁੰਦੀ, ਸਾਨੂੰ ਸਾਰਿਆਂ ਨੂੰ ਬੜਾ ਦੁੱਖ ਆ। ਕੀਰਤਨੀਏ ਜਥੇ ਨੇ ਵਿਰਾਗਮਈ ਕੀਰਤਨ ਕੀਤਾ ਹੈ, ਜੋ ਆਇਆ ਸੋ ਚੱਲ ਸੀ ਸਭ ਕੋ ਆਈ ਵਾਰੀ ਹੈ। ਸਾਧ ਸੰਗਤ ਜੀ ਇਹ ਵਾਰੀ ਹਰ ਇੱਕ ਇਨਸਾਨ ਦੀ ਆਉਣੀ ਹੈ, ਲੇਕਿਨ ਜਾਣ ਤੋਂ ਬਾਅਦ ਅੰਤਮ ਅਰਦਾਸ ਦੇ ਮੌਕੇ ਤੇ ਜਾਣ ਵਾਲੇ ਦੇ ਪਤਾ ਲੱਗਦਾ ਹੈ ਕਿ ਉਹ ਕਿੰਨੀ ਨੇਕ ਕਮਾਈ ਕਰਕੇ ਗਏ ਆ। ਅੱਜ ਮੈਂ ਵੇਖ ਰਿਹਾ ਤਾਇਆ ਜੀ ਦੀ ਇਸ ਅੰਤਮ ਅਰਦਾਸ ਦੇ ਵਿੱਚ ਮਾਲਵੇ ਦੇ ਇਸ ਇਲਾਕੇ ਦੀਆਂ ਮੇਰਾ ਖਿਆਲ ਆ ਕੋਈ ਇਹੋ ਜਿਹੀ ਸ਼ਖਸੀਅਤ ਨੀ ਜਿਹੜੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਨਾ ਆਈ ਹੋਵੇ। ਮੈਂ ਉਹਨਾਂ ਦੇ ਬਹੁਤ ਅਤੀ ਕਰੀਬੀ ਰਿਹਾ, ਮੈਨੂੰ ਪਤਾ ਹੈ ਕਿ ਉਹਨਾਂ ਦਾ ਮੇਰੇ ਨਾਲ ਕਿੰਨਾ ਨਜ਼ਦੀਕੀ ਰਿਸ਼ਤਾ ਸੀ। ਉਹਨਾਂ ਦੇ ਕਮਰੇ ਦੇ ਵਿੱਚ ਵੀ ਜਿਹੜੇ ਇਨਸਾਨ ਦੀ ਦੋਸਤੀ ਪੰਜਾਬ ਦੇ ਦੋ ਦਿਗਜ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਛੋਟੇ ਭਾਈ ਸਰਦਾਰ ਗੁਰਦਾਸ ਸਿੰਘ ਬਾਦਲ, ਉਹਨਾਂ ਨਾਲ ਦੋਸਤੀ ਰਹੀ ਹੋਵੇ, ਉਹਨਾਂ ਨਾਲ ਉਹਨਾਂ ਨੇ ਆਪਦਾ ਸਿਆਸੀ ਜੀਵਨ ਨਿਭਾਇਆ ਹੋਵੇ, ਲੇਕਿਨ ਅੱਜ ਵੀ ਉਹਨਾਂ ਦੇ ਕਮਰੇ ਦੇ ਵਿੱਚ ਉਹਨਾਂ ਦੋ ਆਗੂਆਂ ਦੀ ਨਹੀਂ ਮੇਰੀ ਤਸਵੀਰ ਲੱਗੀ ਆ। ਇੱਥੋਂ ਪਤਾ ਲੱਗਦਾ ਕਿ ਉਹ ਮੇਰੇ ਦਿਲ ਦੇ ਕਿੰਨੇ ਨੇੜੇ ਸੀ। ਅੱਜ ਐਤਵਾਰ ਦਾ ਦਿਨ ਆ, ਮੁਕਤਸਰ ਹਲਕੇ ਦੇ ਵਿੱਚ ਵੀ ਬਹੁਤ ਅਫਸੋਸਨਾਕ ਘਟਨਾਵਾਂ ਸੀ, ਭੋਗ ਸੀ, ਵਿਆਹ ਸੀ, ਲੇਕਿਨ ਮੇਰਾ ਦਿਲ ਉਹਨਾਂ ਚ ਖੜਿਆ ਨਹੀਂ ਜਿੰਨਾ ਚਿਰ ਮੈਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਨਹੀਂ ਹੋਇਆ, ਕਿਉਂਕਿ ਜਿੱਥੇ ਤਾਇਆ ਜੀ ਨਾਲ ਮੇਰਾ ਗੂੜਾ ਰਿਸ਼ਤਾ ਸੀ, ਉਮਰ ਦੇ ਵਿੱਚ ਮੈਥੋਂ ਬਹੁਤ ਸਾਲ ਵੱਡੇ ਸੀ, ਲੇਕਿਨ ਦੋਸਤਾਂ ਵਾਂਗ ਅਸੀਂ ਆਪਦੇ ਰਹਿ ਮਸ਼ਵਰੇ ਪਰਿਵਾਰਕ ਜੀਵਨ ਦੇ ਸਿਆਸੀ ਜੀਵਨ ਦੇ ਇੱਕ ਦੂਜੇ ਨਾਲ ਰਹਿ ਮਸ਼ਵਰੇ ਕਰਦੇ ਸੀ।
और उसना तो बाद भी मैं चाहूंगा कि मेरे वड्डे वीर सरदार जसविंदर सिंह जी एक्सन साहब ते मेरे वड्डे वीर भाई यादविंदर सिंह जी एडवोकेट साहब भी ए रिश्ता जेड़ा बाद अस्पूर उस तरह मेरे नाल जारी रखन। सो मैं आपके दिल दी गहराइयां तो अपने वालों अपने पिता सरदार गुरराज सिंह फतर वाला वालों जिथे उन्होंने श्रद्धा के फुल भेंट करदा उथे गुरु महाराज के चरणा विच एक बार फिर अरदास बेनती करदा कि हे सच्चे पातशाह इस नेक रूह नूं आपके चरणा विच निवास कर बख्शना। पिछे मेरे भरावां नूं मेरियां भैणां नूं साडे दामादां नूं पुत पोतरां पड़पोतरां दोहतरां नूं सारयां नूं रिश्तेदारां नूं नगर निवासियां नूं उहनां तों जिहड़े पढ़दे रहे आ उहनां दे जिन्ने भी शिष्य बैठे आ सारयां नूं इह कहिण ते असह भाणा मनण दा बल बख्शीए। इन्ना कुछ कहिंदा होया समत साहा लिखिया मिलकर पाओ तेल ਜੋ ਸੱਜਣਾ ਸੀ ਸਣੀਆਂ ਜੋ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਕਰਕੇ ਉਹ ਉਹਨਾਂ ਨੂੰ ਨਾਮ ਬੁਲਾਉਂਦੇ ਸੀ। ਹੁਣ ਮੈਂ ਬੇਨਤੀ ਕਰੂੰਗਾ ਐਮ ਪੀ ਸਾਹਿਬ ਸ਼ੇਰ ਸਿੰਘ ਜੀ ਦਵਾਇਆ ਉਹ ਤੁਹਾਡੇ ਨਾਲ ਆਪਣੇ ਵਿਚਾਰ ਦੋ ਮਿੰਟ ਵਾਸਤੇ ਸਾਂਝੇ। ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਮਾਤ ਮੁਖਤਿਆਰ ਸਿੰਘ ਜੀ ਦੀ ਅੰਤਿਮ ਅਰਦਾਸ ਤੇ ਪਹੁੰਚੀ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨ ਲਖਾਏ ਮੰਡਲ ਮੇ ਆਏ ਤੇ ਮਾਂ ਬਾਕਣ ਸਾਹਿਬ ਜੋ ਵੀ ਇਨਸਾਨ ਇਸ ਧਰਤੀ ਤੇ ਪੈਦਾ ਹੋਇਆ ਉਹ ਆਪਣੇ ਜਨਮ ਲੈਣ ਤੋਂ ਪਹਿਲਾਂ ਮਰਨ ਦਾ ਸਮਾਂ ਟਾਈਮ ਜੋ ਹੈ ਉਹ ਲਿਖਵਾ ਕੇ ਲਿਆਉਂਦਾ ਕਿਉਂਕਿ ਜਦੋਂ ਜਨਮ ਹੁੰਦਾ ਹੈ ਤਾਂ ਉਸ ਤੋਂ ਬਾਅਦ ਆਪਣੇ ਜੀਵਨ ਕਾਲ ਵਿੱਚ ਜਨਮ ਤੋਂ ਬਾਅਦ ਜੋ ਬੱਚਾ ਪੈਦਾ ਹੋ ਕੇ ਮਾਂ ਬਾਪ ਦੇ ਘਰ ਮਾਂ ਬਾਪ ਉਸਨੂੰ ਐਜੂਕੇਸ਼ਨ ਸਿੱਖਿਆ ਦੇ ਕੇ ਉਸਨੂੰ ਲਿਖਾ ਪੜਾ ਕੇ ਕਾਬਲ ਬਣਾਉਂਦਾ ਤਾਂ ਉਸ ਤੋਂ ਬਾਅਦ ਦੇਖਿਆ ਜਾਂਦਾ ਕਿ ਉਸਦੀ ਕੀ ਸੋਚ ਹੈ ਉਹ ਕਿਸ ਤਰ੍ਹਾਂ ਦਾ ਲੋਕਾਂ ਦੇ ਨਾਲ ਉਸਨੇ ਵਰਤਾਓ ਕੀਤਾ। ਔਰ ਆਪਾਂ ਸਾਰੇ ਜਾਣਦੇ ਹਾਂ ਕਿ ਮਹਾਰਸ਼ੀ ਨੇ ਜਿੱਥੇ ਆਪ ਐਜੂਕੇਸ਼ਨ ਲਈ ਉੱਥੇ ਇਲਾਕੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਕਿੰਨੇ ਹਜ਼ਾਰਾਂ ਬੱਚਿਆਂ ਨੂੰ ਉਹਨਾਂ ਨੇ ਤਾਲੀਮ ਦੇ ਕੇ ਕਾਬਲ ਬਣਾ ਕੇ ਜਿੱਥੇ ਆਪਣੇ ਪਰਿਵਾਰ ਦੇ ਆਪਣੇ ਬੱਚਿਆਂ ਦੇ ਵਾਸਤੇ ਉਹਨੇ ਸੇਵਾ ਨਿਭਾਈ ਉੱਥੇ ਇਲਾਕੇ ਵਾਸਤੇ ਬਹੁਤ ਵੱਡੀ ਸੇਵਾ ਨਿਭਾਈ। ਇਸ ਕਰਕੇ ਇਹੋ ਜਿਹੇ ਇਨਸਾਨ ਦੇ ਚਲੇ ਜਾਣ ਨਾਲ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਸਾਰੇ ਇਲਾਕੇ ਨੂੰ ਘਾਟਾ ਪਿਆ। ਸੋ ਮਾਰਸ਼ੀ ਬਹੁਤ ਨੇਕ ਇਨਸਾਨ ਸਨ। ਮੈਨੂੰ ਜਦੋਂ ਤੋਂ ਇਸ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਆਮ ਤੌਰ ਤੇ ਮੀਟਿੰਗਾਂ ਵਿੱਚ ਇਕੱਠੇ ਬੈਠ ਕੇ ਵਿਚਾਰਾਂ ਜਿਹੜੀਆਂ ਸੀ ਅਸੀਂ ਇਕੱਠੀਆਂ ਕਰਦੇ ਰਹੇ ਤਾਂ ਬਹੁਤ ਚੰਗੀ ਸੋਚ ਰੱਖਣ ਵਾਲੇ ਇੱਕ ਇਨਸਾਨ ਸਨ। ਇਸ ਕਰਕੇ ਉਹਨਾਂ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਉੱਥੇ ਮੈਨੂੰ ਵੀ ਇਸ ਇਲਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਚੰਗੀ ਸੋਚ ਰੱਖਣ ਵਾਲਾ ਜੋ ਇਨਸਾਨ ਹੁੰਦਾ ਉਹ ਭਾਵੇਂ ਕਿਸੇ ਮਰਜ਼ੀ ਪਾਰਟੀ ਵਿੱਚ ਹੋਵੇ ਭਾਵੇਂ ਕਿਸੇ ਮਰਜ਼ੀ ਥਾਂ ਤੇ ਹੋਵੇ ਉਹਦੀ ਸੋਚ ਹਮੇਸ਼ਾ ਚੰਗੀ ਰਹਿੰਦੀ ਹੈ ਔਰ ਉਸਦੀ ਸੋਚ ਚੰਗੀ ਹੋਣ ਨਾਲ ਇਲਾਕੇ ਨੂੰ ਬੜਾ ਵੱਡਾ ਜੋ ਫਾਇਦਾ ਹੁੰਦਾ। ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਮੈਂ ਜ਼ਿਆਦਾ ਲੰਬਾ ਨਾ ਜਾਂਦਾ ਮੈਂ ਆਪਣੇ ਵੱਲੋਂ ਆਪਣੇ ਇਲਾਕੇ ਵੱਲੋਂ ਮਾਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਪਰਿਵਾਰ ਨੂੰ ਖਾਣਾ ਮਿਲਣ ਦਾ ਬਲ ਪੁੱਤੀ ਤਾਕਤ ਬਖਸ਼ੇ ਕਿ ਉਹ ਜੋ ਦੁੱਖ ਹੈ ਉਸ ਨੂੰ ਸਹਿ ਸਕਣ ਤੇ ਮੈਂ ਇਹ ਵੀ ਬੇਨਤੀ ਕਰਦਾ ਸੱਚੇ ਪਾਤਸ਼ਾਹ ਨੂੰ ਜੱਗੇ ਅਰਦਾਸ ਕਰਦਾ ਕਿ ਇਹਨਾਂ ਦੇ ਜੋ ਬੱਚੇ ਇਹਨਾਂ ਦਾ ਜੋ ਪਰਿਵਾਰ ਹੈ ਜਿਸ ਤਰ੍ਹਾਂ ਉਹਨਾਂ ਨੇ ਸੇਵਾ ਨਿਭਾਈ ਹੈ ਉਹ ਵੀ ਸਰਕਾਰੀ ਨੌਕਰੀਆਂ ਵਿੱਚ ਆਪਣਾ ਰੁਤਬਾ ਜਿਹੜਾ ਉਹਨਾਂ ਦੇ ਵੀ ਕੋਲ ਹੈ ਉਹ ਵੀ ਇਸੇ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਨ ਤਾਕਤ ਬਖਸ਼ਣ ਮਹਾਰਾਜ ਕਿ ਉਹ ਲੋਕਾਂ ਦੇ ਵਿੱਚ ਹੋਰ ਜ਼ਿਆਦਾ ਹਰਮਨ ਪਿਆਰ ਤਾਂ ਉਹ ਲੈ ਸਕਣ। ਸੋ ਇੰਨੀਆਂ ਬੇਨਤੀਆਂ ਦੇ ਨਾਲ ਕਿਉਂਕਿ ਅੱਜ ਦਾ ਇਕੱਠ ਜੋ ਦੱਸਦਾ ਕਿ ਉਹਨਾਂ ਨੇ ਕਿੰਨੀ ਲੋਕਾਂ ਦੇ ਨਾਲ ਸਾਂਝ ਪਾਈ ਹੈ ਸੋ ਇਕੱਠ ਤੋਂ ਇਹ ਸਾਬਤ ਹੁੰਦਾ। ਇਸ ਕਰਕੇ ਮੈਂ ਜ਼ਿਆਦਾ ਕੁਛ ਨਾ ਕਹਿੰਦਾ ਮੈਂ ਫਿਰ ਆਪਣੇ ਵੱਲੋਂ ਇਲਾਕੇ ਵੱਲੋਂ ਮਾਰਸ਼ੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ
ਇਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਤੰਭ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਸੀਗੇ ਜਿਹੜੇ ਆਲਮਾਂ ਤੱਕ ਜਾਂਦੇ ਸੀਗੇ ਤੇ ਮਾਸਟਰ ਜੀ ਵੱਲੋਂ ਉਹਨਾਂ ਕਰਮਚਾਰੀਆਂ ਨੂੰ ਇੰਨਾ ਵੀ ਹਦਾਇਤ ਦਿੱਤੀ ਗਈ ਸੀ ਕਿਸੇ ਸਵਾਰੀ ਨੂੰ ਤੰਗ ਨਹੀਂ ਕਰਨਾ, ਕਿਸੇ ਸਵਾਰੀ ਨੂੰ ਝਟਕਣਾ ਨਹੀਂ ਗਾ। ਉਹਨਾਂ ਦੀ ਸੋਚ ਸੀਗੀ ਕਿ ਮੇਰੇ ਇਲਾਕੇ ਦੇ ਲੋਕ ਹੋਏ ਖੁਸ਼ ਰਹਿਣ, ਸੌਖੇ ਰਹਿਣ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਦਰਮਿਆਨ ਜਸਵਿੰਦਰ ਸਿੰਘ ਜੀ ਕਲੀ ਅਕਾਲੀ ਪਾਰਟੀ ਵੱਲੋਂ, ਜਸਵਿੰਦਰ ਸਿੰਘ ਜੀ ਕਲੀ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਦੋ ਮਿੰਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਪਿਤਾ ਸਮਾਨ ਵੈਦਾਕ ਸਚਿਵ ਤੋਂ ਜੋ ਜਾਣੇ ਜਾਂਦੇ ਮਾਸਟਰ ਮੁਖਤਿਆਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਈ ਹੋਈ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਪ੍ਰਮਾਣ ਹੈ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸਦੇ ਉੱਠ ਜਾਏ। ਤੇ ਮਹਾਂਵਾਕ ਅਨੁਸਾਰ ਜੋ ਵੀ ਇਸ ਦੁਨੀਆਂ ਤੇ ਆਇਆ ਉਸਨੇ ਇੱਕ ਦਿਨ ਚਲੇ ਜਾਣਾ। ਉਸੇ ਤਰ੍ਹਾਂ ਹੀ ਸਾਡੇ ਸਤਿਕਾਰਯੋਗ ਪਿਤਾ ਮਾਸਟਰ ਮੁਖਤਿਆਰ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਵਾਜੇ ਨੇ। ਸਤਿਕਾਰਯੋਗ ਸਾਧ ਸੰਗਤ ਜੀਓ, ਸਟੇਜ ਤੋਂ ਮਾਸਟਰ ਜੀ ਦੀ ਸ਼ਖਸੀਅਤ ਬਾਰੇ ਅਤੇ ਉਹਨਾਂ ਦੇ ਪਰਿਵਾਰ ਬਾਰੇ ਬਹੁਤ ਹੀ ਵੱਡੀਆਂ ਜਿਹੜਾ ਮਾਨ ਤੇ ਸਨਮਾਨ ਵਾਲੀਆਂ ਗੱਲਾਂ ਕੀਤੀਆਂ ਗਈਆਂ। ਦਾਸ ਦਾ ਵੀ ਇਸ ਪਰਿਵਾਰ ਨਾਲ ਬਹੁਤ ਹੀ ਨਜ਼ਦੀਕੀ ਰਿਸ਼ਤਾ, ਕਿਉਂਕਿ ਮੇਰੇ ਭਰਾਤਾ ਸਕਲਦੀਪ ਸਿੰਘ ਜੀ ਵੀਰੇ ਵਾਲਾ ਐਡਵੋਕੇਟ ਸਾਹਿਬ ਇਸ ਪਰਿਵਾਰ ਵਿੱਚ ਵਹਿ ਹੋਏ ਨੇ। ਸੋ ਬੜੇ ਲੰਮੇ ਸਮੇਂ ਤੋਂ ਮਾਸਟਰ ਜੀ ਹੋਰਾਂ ਦੇ ਚਰਨ ਛੋਣ, ਉਹਨਾਂ ਤੋਂ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ। ਜਦੋਂ ਵੀ ਮੌਕਾ ਮਿਲਿਆ ਉਹਨਾਂ ਨੇ ਹਮੇਸ਼ਾ ਹੀ ਆਪਣੇ ਬੱਚਿਆਂ ਤੋਂ ਵੱਧ ਮਾਣ ਤੇ ਸਤਿਕਾਰ ਦਿੱਤਾ। ਜੇ ਮੈਂ ਪਰਿਵਾਰ ਦੀ ਗੱਲ ਕਰਾਂ ਤਾਂ ਮਾਸਟਰ ਜੀ ਦੇ ਦਿੱਤੇ ਹੋਏ ਆਦੇਸ਼ਾਂ ਮੁਤਾਬਕ ਪਰਿਵਾਰ ਅੱਜ ਬਹੁਤ ਹੀ ਚੜ੍ਹਦੀ ਕਲਾ ਅਤੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਨੇ। ਮੇਰੇ ਵੱਡੇ ਵੀਰ ਸਰ ਜਸਵਿੰਦਰ ਸਿੰਘ ਜੀ ਐਕਸ਼ਨ ਸਾਹਿਬ ਜੋ ਸਰਕਾਰੀ ਨੌਕਰੀ ਲਵਾ ਰਹੇ ਨੇ, ਔਰ ਯਾਦਵਿੰਦਰ ਸਿੰਘ ਜੀ ਐਡਵੋਕੇਟ ਜਿਨ੍ਹਾਂ ਦਾ ਵਕਾਲਤ ਵਜੋਂ ਵੀ ਬਹੁਤ ਵਧੀਆ ਕੰਮ ਅਤੇ ਸਿਆਸਤ ਪੱਖੋਂ ਵੀ ਉਹ ਆਪਣਾ ਪੂਰੇ ਪੰਜਾਬ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਰਹੇ ਨੇ। ਕੱਲ ਜਦੋਂ ਕੋਟਕਪੂਰਾ ਵਿਖੇ ਰੈਲੀ ਸੀ ਤਾਂ ਇਸਦਾ ਜ਼ਿਕਰ ਸਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਹੋਇਆ ਤਾਂ ਉਹਨਾਂ ਨੇ ਵੀ ਮੇਰੇ ਵੱਲੋਂ ਆਪਦੇ ਵੱਲੋਂ ਮੇਰੀ ਡਿਊਟੀ ਲਵਾਈ ਕਿ ਮੇਰੇ ਵੱਲੋਂ ਮਾਸਟਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ, ਕਿਉਂਕਿ ਉਹ ਅੱਜ ਕੱਲ੍ਹ ਪਾਰਟੀ ਦੇ ਜਿਹੜੇ ਚੁਰਜੇ ਹੋਏ ਨੇ। ਸੋ ਵੀਰੋ, ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਅੰਤ ਵਿੱਚ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਮਾਸਟਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਹਾਂ ਕਿ ਇਹ ਵਾਹਿਗੁਰੂ ਇਸ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੇ ਸ਼ਹਿਰਵਾਜ ਤੋਂ ਰਿਸ਼ਤੇਦਾਰ ਕੌਰ ਸਿੰਘ, ਗੋਰ ਸਿੰਘ, ਜਗਦੇਵ ਸਿੰਘ, ਸਰਦਾਰ ਸਵਰਨਜੀਤ ਸਿੰਘ, ਭਵਿੰਦਰ ਸਿੰਘ ਜੀ ਗਿੱਲ, ਗੁਰੂ ਪਿਆਰੀ ਸਾਹਿਬ ਸਿੰਘ ਜੀ, ਮੈਂ ਫਤਿਹ ਅਰਜ ਕਰਨ ਲੱਗਿਆ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਸ਼ਾਇਰ ਨੇ ਕਿਹਾ ਹੈ ਕਿ ਬਿਛੜਾ ਕੁਛ ਇਸ ਅਦਾ ਸੇ ਕਿ ਰੁੱਤ ਹੀ ਬਦਲ ਗਈ, ਬਿਛੜਾ ਕੁਛ ਇਸ ਅਦਾ ਸੇ ਕਿ ਰੁੱਤ ਹੀ ਬਦਲ ਗਈ, ਇੱਕ ਸ਼ਖਸ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ। ਸ੍ਰੀ ਮੁਖਤਿਆਰ ਸਿੰਘ ਇਹ ਸੰਸਾਰ ਤੋਂ ਚਲੇ ਜਾਣ ਦੇ ਨਾਲ ਇਸ ਨਗਰ ਵਿੱਚ, ਇਸ ਇਲਾਕੇ ਵਿੱਚ, ਭਾਈਚਾਰੇ ਵਿੱਚ, ਅਧਿਆਪਕ ਭਾਈਚਾਰੇ ਵਿੱਚ ਬਹੁਤ ਹੀ ਅਫਸੋਸ ਮਨਾਇਆ ਗਿਆ ਹੈ। ਸ੍ਰੀ ਮੁਖਤਿਆਰ ਸਿੰਘ ਜੀ ਸੱਚੀ ਸੁੱਚੀ ਸ਼ਖਸੀਅਤ ਸਨ, ਇੱਕ ਨੇਕ ਇਨਸਾਨ ਸਨ, ਇੱਕ ਵਧੀਆ ਅਧਿਆਪਕ ਸਨ, ਇੱਕ ਸਫਲ ਬਾਪ ਸਨ। ਇੱਕ ਅਧਿਆਪਕ ਦੇ ਤੌਰ ਤੇ ਉਹਨਾਂ ਨੇ ਇਸ ਇਲਾਕੇ ਵਿੱਚ
ਗਿਆਨ ਦੀ ਰੋਸ਼ਨੀ ਵਰਗੀ। ਅਸੀਂ ਉਹ ਰਸਤੇ ਜਾ ਰਹੇ ਸੀ ਮਹਾਂਪੱਧਰ ਤੇ ਸਰਦਾਰ ਗੁਰਜੰਟ ਸਿੰਘ ਤੇ ਸਰਦਾਰ ਅਮਰਿੰਦਰ ਸਿੰਘ ਮੇਰੇ ਨਾਲ ਗੱਲ ਕਰ ਰਹੇ ਸੀ। ਉਹ ਕਹਿੰਦੇ ਵੀ ਅਸੀਂ ਵੀ ਸਰਦਾਰ ਮੁਖਤਿਆਰ ਸਿੰਘ ਤੋਂ ਪੜ੍ਹੇ ਆ, ਸਾਡੇ ਬਾਪ ਵੀ ਉਹਨਾਂ ਤੋਂ ਪੜ੍ਹੇ ਆ ਔਰ ਉਹਨਾਂ ਨੇ ਸਾਨੂੰ ਆਪਣੇ ਬੱਚਿਆਂ ਵਾਂਗੂ ਪੜ੍ਹਾਇਆ। ਅੱਜ ਇਹ ਸੱਚੇ ਸੁੱਚੇ ਅਧਿਆਪਕ ਸਾਡੇ ਸਮਾਜ ਵਿੱਚ ਬੜੇ ਘੱਟ ਨੇ ਜਿਹੜੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ, ਆਪਣੀ ਜੇਬ ਵਿੱਚੋਂ ਗਰੀਬ ਬੱਚਿਆਂ ਦੀ ਮਦਦ ਕਰਦੇ, ਉਹਨਾਂ ਦੇ ਫੀਸਾਂ ਭਰਦੇ ਨੇ, ਉਹਨਾਂ ਨੂੰ ਵਰਦੀਆਂ ਬਣਾ ਕੇ ਦਿੰਦੇ ਨੇ। ਸ੍ਰੀ ਮੁਖਤਿਆਰ ਸਿੰਘ ਜੀ ਅਜਿਹੀ ਸੱਚੀ ਸੁੱਚੀ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਇਆ, ਜ਼ਿੰਦਗੀ ਦੇ ਸਹੀ ਅਰਥ ਦੱਸੇ ਔਰ ਉਹਨਾਂ ਦੇ ਬੱਚੇ ਪੜ੍ਹਾਏ, ਅੱਜ ਵਧੀਆ ਵਧੀਆ ਅਫਸਰ ਲੱਗੇ ਨੇ, ਵਧੀਆ ਵਧੀਆ ਉਹ ਵਧੀਆ ਨੇਕ ਇਨਸਾਨ ਬਣੇ ਨੇ ਔਰ ਸਮਾਜ ਵਿੱਚ ਉਹਨਾਂ ਨੂੰ ਰੋਸ਼ਨੀ ਬਖੇਰ ਰਹੇ ਨੇ। ਇੱਕ ਨੇਕ ਇਨਸਾਨ ਸਨ ਸ੍ਰੀ ਮੁਖਤਿਆਰ ਸਿੰਘ ਜੀ, ਉਹਨਾਂ ਦੇ ਇਸ ਨਗਰ ਵਿੱਚ, ਇਸ ਪਿੰਡ ਵਿੱਚ, ਇਲਾਕੇ ਵਿੱਚ, ਆਪਣੇ ਭਾਈਚਾਰੇ ਵਿੱਚ, ਆਪਣੇ ਰਿਸ਼ਤੇਦਾਰਾਂ ਵਿੱਚ ਇੱਕ ਨੇਕ ਇਨਸਾਨ ਦੇ ਤੌਰ 'ਤੇ ਬਹੁਤ ਹੀ ਸਤਿਕਾਰ ਹੈ ਔਰ ਇੱਕ ਸਫਲ ਬਾਪ ਸਨ ਸ੍ਰੀ ਮੁਖਤਿਆਰ ਸਿੰਘ। ਜਿਵੇਂ ਸਟੇਜ ਤੋਂ ਦੱਸਿਆ ਗਿਆ ਹੈ ਸਮਾਂ ਬਹੁਤ ਹੋ ਚੁੱਕਿਆ ਹੈ, ਲਗਾਤਾਰ ਬੋਲਣਾ ਵੀ ਜਾਇਜ਼ ਨਹੀਂ ਹੈ। ਚਾਰ ਬੱਚੇ ਨੇ ਇਹਨਾਂ ਦੇ, ਦੋ ਬੇਟੇ ਔਰ ਦੋ ਬੇਟੀਆਂ ਔਰ ਇਹਨਾਂ ਦੇ ਬੱਚੇ ਇਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਚੱਲਦਿਆਂ ਹੋਇਆ ਸਮਾਜ ਵਿੱਚ ਮੋਹ ਪਿਆਰ ਸਤਿਕਾਰ ਲੈ ਰਹੇ ਨੇ। ਦੋਵੇਂ ਬੱਚੇ ਵਧੀਆ ਸਫਲ ਜ਼ਿੰਦਗੀ ਜਿਉਂ ਰਹੇ ਨੇ, ਵੱਡੇ ਬੇਟੇ ਇਹਨਾਂ ਦੇ ਐਕਸੀ ਨੇ, ਛੋਟੇ ਬੇਟੇ ਐਡਵੋਕੇਟ ਨੇ ਔਰ ਬੇਟੀਆਂ ਚੰਗੇ ਘਰਾਂ 'ਚ ਬਹਿੰਦੀਆਂ ਹੋਈਆਂ ਨੇ ਔਰ ਇਹਨਾਂ ਦੇ ਜਿਸ ਤਰ੍ਹਾਂ ਸ੍ਰੀ ਮੁਖਤਿਆਰ ਸਿੰਘ ਦਾ ਸਮਾਜ ਸਤਿਕਾਰ ਹੈ, ਪਿਆਰ ਹੈ, ਇਹਨਾਂ ਦੇ ਬੱਚਿਆਂ ਦਾ, ਇਹਨਾਂ ਦੇ ਬੇਟਿਆਂ ਦਾ, ਇਹਨਾਂ ਦੇ ਬੇਟੀਆਂ ਦਾ ਵੀ ਇਸ ਤਰ੍ਹਾਂ ਸਮਾਜ ਸਤਿਕਾਰ ਹੈ। ਸੋ ਜਦੋਂ ਵੀ ਕੋਈ ਵਧੀਆ ਮਨੁੱਖ, ਇੱਕ ਨੇਕ ਇਨਸਾਨ ਸੰਸਾਰ ਤੋਂ ਜਾਂਦਾ ਹੈ ਤਾਂ ਉਸ ਪਰਿਵਾਰ ਨੂੰ ਵੀ ਘਾਟਾ ਪੈਂਦਾ ਹੈ, ਨਗਰ ਨੂੰ ਵੀ ਘਾਟਾ ਪੈਂਦਾ ਹੈ ਔਰ ਸਾਡੇ ਸਮਾਜ ਨੂੰ ਘਾਟਾ ਪੈਂਦਾ ਹੈ। ਇਸੇ ਤਰ੍ਹਾਂ ਸ੍ਰੀ ਮੁਖਤਿਆਰ ਸਿੰਘ ਦੇ ਜਾਣ ਨਾਲ ਇਸ ਨਗਰ ਨੂੰ ਘਾਟਾ ਪਿਆ ਹੈ, ਪਰਿਵਾਰ ਨੂੰ ਘਾਟਾ ਪਿਆ ਹੈ ਔਰ ਸਾਡੇ ਸਮਾਜ ਨੂੰ ਘਾਟਾ ਪਿਆ ਹੈ। ਇਸ ਮੌਕੇ ਮੈਂ ਸ੍ਰੀ ਮੁਖਤਿਆਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਔਰ ਸੱਚੀ ਸ਼ਰਧਾਂਜਲੀ ਇਹ ਹੀ ਹੈ, ਆਓ ਆਪਾਂ ਉਹਨਾਂ ਨੂੰ ਨੇਕ ਬਣੀਏ, ਵਧੀਆ ਮਨੁੱਖ ਬਣੀਏ, ਸਮਾਜ ਵਿੱਚ ਰੋਸ਼ਨੀ ਵੰਡੀਏ ਵਿੱਦਿਆ ਦੀ ਔਰ ਤਾਂ ਕਿ ਸਾਡਾ ਸਮਾਜ ਇਹ ਧਰਤੀ ਰਹਿਣ ਦੇ ਕਾਬਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸੁਨਾਮ ਮੁਖਤਿਆਰ ਸਿੰਘ ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਅਜੋਲੀ ਬੈਠੀ ਹੋਈ ਸੰਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸੁਨਾਮ ਮੁਖਤਿਆਰ ਸਿੰਘ ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਹੋਰ ਪੱਕੀਆਂ ਬਖਸ਼ੇ, ਮੈਂ ਨੈਸ਼ਨਲ ਕਾਰ ਸਾਹਿਬ ਪਾਰਟੀ ਵੱਲੋਂ ਸਰਦਾਰ ਮੁਖਤਿਆਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਔਰ ਲਾਗਤ ਵਾਸੀਆਂ ਤੋਂ ਵੀ ਇਸ ਪਰਿਵਾਰ ਨੂੰ ਮੈਂ ਸਾਰਿਆਂ ਦਾ ਦੁੱਖ ਸਾਂਝਾ ਕਰਦਾ ਹਾਂ। ਲਾਟ ਇਹੀ ਆ ਕਿ ਤੇਰਾ ਭਾਣਾ ਮਿੱਠਾ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਸਰਦਾਰ ਗੁਰਦੇਵ ਸਿੰਘ ਪਠਾਨਵਾਦ, ਇੰਡੀਅਨ ਲੇਬਰ ਪਾਰਟੀ ਦੇ ਸਾਬਕਾ ਸਰਪੰਚ ਪਠਾਨਵਾਦ, ਉਹਨਾਂ ਵੱਲੋਂ ਵੀ ਜਿਹੜਾ ਸ਼ੋਕ ਮਤਾ ਆਇਆ, ਜਲ ਸਪਲਾਈ ਅਤੇ ਸਪਲੀਕੇਸ਼ਨ ਮਾਸਟਰ ਇੰਪਲਾਈ ਯੂਨੀਅਨ ਪੰਜਾਬ, ਉਹਨਾਂ ਵੱਲੋਂ ਵੀ ਜਿਹੜਾ ਸ਼ੋਕ ਮਤਾ ਆਇਆ, ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਸ੍ਰੀ ਮੁਕਤਸਰ ਸਾਹਿਬ, ਉਹਨਾਂ ਵੱਲੋਂ ਵੀ ਜਿਹੜਾ ਸ਼ੋਕ ਮਤਾ ਆਇਆ, ਸਰਦਾਰ ਜੈਵ ਸਿੰਘ ਭੱਟੀ ਐਕਸ ਐਮ ਐਲ ਏ, ਉਹਨਾਂ ਦਾ ਵੀ ਸ਼ੋਕ ਮਤਾ ਆਇਆ, ਸਰਦਾਰ ਚਰਨਜੀਤ ਸਿੰਘ ਅਗਰਵਾਲ ਜੋ ਇਸ ਪਰਿਵਾਰ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਨੇ, ਉਹ ਵੀ ਕੱਲ੍ਹ ਜਿਹੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਨੇ, ਪਰਿਵਾਰ ਸਮੇਤ ਆਏ ਸੀ, ਘੰਟਾ ਦੋ ਘੰਟੇ ਜਿਹੜਾ ਉਹ ਸਾਡੇ ਨਾਲ ਗੱਲਾਂ ਬਾਤਾਂ ਕਰਕੇ ਗਏ ਨੇ। ਤਾਂ ਹੁਣ ਮੈਨੂੰ ਹੁਕਮ ਹੋਇਆ ਕਿ ਮੈਂ ਆਮ ਸਪੀਕਰ ਦਾ ਧੰਨਵਾਦ ਕਰਾਂ। ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ, ਜਿਸ ਤਰ੍ਹਾਂ ਮਾਸਟਰ ਜੀ ਦਾ ਜ਼ਿਕਰ ਹੋਇਆ, ਮਾਸਟਰ ਜੀ ਬਹੁਤ ਵਧੀਆ ਇਨਸਾਨ ਸੀ, ਬਹੁਤ ਜ਼ਿਆਦਾ ਪੜ੍ਹੇ ਲਿਖੇ ਸੀ, ਬਹੁਤ ਜ਼ਿਆਦਾ ਸੂਝਵਾਨ ਸੀ, ਬਹੁਤ ਜ਼ਿਆਦਾ ਮਿੱਠ ਬੋਲਣੇ ਸੀ, ਬਹੁਤ ਸ਼ਰਮੇ ਨਾਲ ਗੱਲ ਕਰਦੇ ਸੀ। ਤਾਂ ਮੈਂ
ਉਹਨਾਂ ਦੇ ਬਾਰੇ ਇਹ ਦੱਸਣਾ ਚਾਹੁੰਦਾ ਹੈ ਕਿ ਉਹ ਆਪਣੇ ਜੀਵਨ ਦੇ ਵਿੱਚ ਜਿਹੜਾ ਸਰਦਾਰ ਤੁਹਾਡੇ ਇੱਥੇ ਇਲਾਕੇ ਦੇ ਵਿੱਚ ਨੇੜੇ ਪੈਂਦਾ ਹੈ ਕਰਨ ਪੱਟੀ ਤਾਂ ਉੱਥੇ ਜਿਹੜਾ ਸੂਬੇਦਾਰਾਂ ਦਾ ਪਰਿਵਾਰ ਵੱਜਦਾ ਹੈ ਤਾਂ ਉਸ ਪਰਿਵਾਰ ਦੇ ਸਰਦਾਰ ਹਰਚਰਨ ਸਿੰਘ ਹੈਡਮਾਸਟਰ ਰਹੇ ਨੇ ਤਾਂ ਸਾਡੇ ਹੈਡਮਾਸਟਰ ਜੀ ਹੋਣੀ ਜਿਹੜੇ ਉਹਨਾਂ ਦੇ ਸਟੂਡੈਂਟ ਨੇ ਤਾਂ ਮੇਰੇ ਬੈਠੇ ਤੋਂ ਇਹ ਗੱਲਾਂ ਦਿਮਾਗ 'ਚ ਆ ਰਹੀਆਂ ਸੀ ਕਿ ਵਧੀਆ ਇਨਸਾਨ ਦਾ ਬੰਦਾ ਤਾਂ ਹੀ ਬਣ ਸਕਦਾ ਹੈ ਜੇ ਉਹਨੂੰ ਕਿਤੋਂ ਵਧੀਆ ਸੇਧ ਮਿਲੀ ਹੋ ਚੰਗੇ ਗੁਣ ਉਹਨੇ ਗ੍ਰਹਿਣ ਕੀਤੇ ਹੋਣ ਤਾਂ ਉਹਨਾਂ ਦੇ ਸਰਦਾਰ ਹਰਚਰਨ ਸਿੰਘ ਦੇ ਪੋਤਰਾ ਜੀ ਸਰਦਾਰ ਜਸਕੀਰ ਸਿੰਘ ਐਡਵੋਕੇਟ ਉਹ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਨੇ ਪਿੱਛੇ ਜੇ ਇਹਨਾਂ ਦੇ ਪਰਿਵਾਰ ਦੇ ਵਿੱਚ ਫਾਦਰ ਦੀ ਡੈਥ ਹੋ ਗਈ ਤਾਂ ਬਾਬਾ ਜੀ ਹੋਣੀ ਉੱਥੇ ਵੀ ਜਿਹੜਾ ਅਫਸੋਸ ਕਰ ਰਹੇ ਸੀ ਤਾਂ ਮੈਂ ਕਿਉਂਕਿ ਪਰਿਵਾਰ ਦੀ ਗੱਲ ਹੈ ਤਾਂ ਕਈ ਮੇਰੀ ਮਨ ਭਰ ਆਉਂਦਾ ਤਾਂ ਜਿਸ ਤਰ੍ਹਾਂ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਜਿਹੜੇ ਦੁਨੀਆਂ ਦੇ ਮਹਾਨ ਫਿਲਾਸਫਰ ਰਹੇ ਨੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਗੱਲ ਕਹੀ ਕਿ ਅਸੀਂ ਕਿੰਨਾ ਲੰਬਾ ਪੈਂਡਾ ਤੈਅ ਕਰਕੇ ਆਏ ਹਾਂ ਇਹ ਵੱਡੀ ਗੱਲ ਵੱਡੀ ਗੱਲ ਕੀ ਹੈ ਕਿ ਅਸੀਂ ਕਿਸ ਦਿਸ਼ਾ ਵੱਲ ਗਏ ਹਾਂ ਤਾਂ ਬਾਬਾ ਤੈਅ ਦਿਲੋਂ ਸ਼ੁਕਰ ਗੁਜ਼ਾਰ ਹਾਂ ਤਾਂ ਤੁਹਾਡੇ ਸਾਰਿਆਂ ਦੀ ਜਿਹੜੀ ਹੈ ਇਕੱਠੇ ਹੋ ਕੇ ਇਹ ਅਰਦਾਸ ਕਰਨਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਸਾਨੂੰ ਸਾਰਿਆਂ ਨੂੰ ਹੀ ਜਿਹੜਾ ਪਾਣਾ ਬੰਨਣ ਦਾ ਬਲ ਬਖਸ਼ੇ ਤੇ ਵਾਹਿਗੁਰੂ ਜਿਹੜਾ ਇਸ ਤਰ੍ਹਾਂ ਦੀਆਂ ਖੁਸ਼ੀਆਂ ਸਭ ਨੂੰ ਜਿਹੜੀਆਂ ਸੌਂਪਦਾ ਰਹੇ ਕਿ ਉਹਨਾਂ ਦੇ ਪਰਿਵਾਰ ਤੇ ਜਿਹੜਾ ਮੇਹਰ ਭਰਿਆ ਹੱਥ ਰੱਖਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨੀ ਵੱਡੀ ਉਹ ਸਮਾਜ ਸੇਵਾ ਮਾਸਟਰ ਜੀ ਦੀ ਯਾਦ ਦੇ ਵਿੱਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਨੂੰ 5500 ਰੁਪਇਆ ਦਾਨ ਦਿੱਤਾ ਇਸ ਪਰਿਵਾਰ ਨੇ ਗੁਰਦੁਆਰਾ ਸਿੰਘ ਸਭਾ ਭੰਗਜਣੀ ਹਾਂ ਬੇਨਤੀ ਹੈ ਪਰਮਾਤਮਾ ਸਿੰਘ ਨੂੰ ਕਿ ਉਹ ਸਟੇਜ ਤੇ ਆ ਕੇ ਜਿਹੜਾ ਇਹ ਰਾਸ਼ੀ ਪ੍ਰਾਪਤ ਕਰ ਲੈਣ ਗੁਰਦੁਆਰਾ ਸਿੰਘ ਸਭਾ ਭੰਗ ਜਿਹੜੀ ਇਹਨਾਂ ਨੂੰ ਪਰਿਵਾਰ ਵੱਲੋਂ 1100 ਰੁਪਏ ਦਾ ਦਾਨ ਉਹਨਾਂ ਦੀ ਯਾਦ ਦੇ ਵਿੱਚ ਦਿੱਤਾ ਗਿਆ ਉਹ ਵੀ ਆਪਣਾ ਪ੍ਰਾਪਤ ਕਰ ਲੈਣ ਡੇਰਾ ਬਾਬਾ ਸੁੰਦਰ ਦਾਸ ਜੀ ਮਾਸਟਰ ਮੁਖਤਿਆਰ ਸਿੰਘ ਦੀ ਯਾਦ ਦੇ ਵਿੱਚ ਇਹਨਾਂ ਨੂੰ ਜਿਹੜਾ 1100 ਰੁਪਇਆ ਪਰਿਵਾਰ ਵੱਲੋਂ ਜਿਹੜਾ ਦਾਨ ਦਿੱਤਾ ਗਿਆ ਉਹ ਵੀ ਆਪਣਾ ਪ੍ਰਾਪਤ ਕਰ ਲੈਣ ਪਰਿਵਾਰ ਦੇ ਪਾਸ ਇੱਕ ਮਿੰਟ ਰਹਿ ਜੀ ਸਭ ਨੂੰ ਵੇਖ ਸਿੱਧਾ ਕਰੋ ਜੀ ਮਾਰੋ ਚਾਹ ਪਾਣੀ ਦਾ ਲੰਗਰ ਜਿਹੜਾ ਛੱਕ ਕੇ ਜਾਣ ਵਾਹਿਗੁਰੂ ਜੀ ਦਾ ਖਾਲਸਾ ਠੀਕ ਹੈ ਕੋਈ ਮੁਸ਼ਕਿਲ ਨਹੀਂ ਰਿਹਾ ਮੈਂ ਰਿਹਾ ਸੀ ਮੈਡਮ ਦੇ ਕੋਲ ਪੈਸੇ ਦੇ ਦਿਖਾਇਆ ਦੇ